ਅੱਜ ਚਿਹਰੇ ਤੇ ਇੱਕ ਵੱਖਰੀ ਮੁਸਕਰਾਹਟ ਦੇਖਣ ਨੂੰ ਮਿਲ ਰਹੀ ਹੈ ਔਰ ਮੈਨੂੰ ਲੱਗਦਾ ਇੰਨੀ ਖੁਸ਼ੀ ਪਹਿਲਾਂ ਕਦੋਂ ਦੇਖਣ ਨੂੰ ਮਿਲੀ। ਇਹ ਜਿੱਤ ਦੀ ਖੁਸ਼ੀ ਹੈ, ਇਹ ਸੱਚਾਈ ਦੀ ਖੁਸ਼ੀ ਹੈ। ਇਹ ਜਿਹੜੇ ਲੋਕ ਧਰਮ ਦਾ ਪ੍ਰਚਾਰ ਕਰਕੇ, ਧਰਮ ਦਾ ਇਸਤੇਮਾਲ ਕਰਕੇ ਜਿਹੜੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਨਾ, ਉਹਨਾਂ ਲਈ ਨਸੀਹਤ ਹੈ ਕਿ ਕਦੀ ਵੀ ਝੂਠ ਦਾ ਪਸਾਰਾ, ਕਦੀ ਵੀ ਜਿੱਤ ਨਹੀਂ ਦਵਾਉਂਦਾਗਾ। ਤੁਸੀਂ ਅੱਜ ਦੇਖੋ ਕਿ ਅਯੋਧਿਆ ਚ ਬੀਜੇਪੀ ਹਾਰੀ ਹੈ, ਇਹ ਸਭ ਤੋਂ ਵੱਡੀ ਮਿਸਾਲ ਬਣ ਗਈ ਕਿ ਧਰਮ ਦਾ ਪ੍ਰਚਾਰ ਕਰਕੇ ਵੋਟਾਂ ਲੈਣਾ ਅੱਜ ਤੋਂ ਬਾਅਦ ਬੰਦ ਕਰ ਦੇਣੀਆਂ ਚਾਹੀਦੀਆਂ ਪੋਲੀਟੀਕਲ ਪਾਰਟੀ। ਹਰ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਔਰ ਤੁਸੀਂ ਤਾਂ ਅੱਗੇ ਵੱਧ ਕੇ ਜ਼ਿਆਦਾ ਜ਼ਬਰਦਸਤ ਕੈਂਪੇਨਿੰਗ ਤੁਹਾਡੀ ਰਹੀ ਹੈ। ਨਹੀਂ ਨਹੀਂ, ਸਾਰੇ ਪਰਿਵਾਰ ਦੀ ਰਹੀ ਹੈ, ਮੇਰੀ ਬੇਟੀ ਦੀ ਵੀ ਰਹੀ ਹੈ, ਸਾਡੇ ਸਾਰੇ ਪਰਿਵਾਰ ਦੀ ਰਹੀ, ਮੇਰੇ ਭਰਾਵਾਂ ਦੀ ਰਹੀ ਹੈ, ਜਿੰਨੇ ਪਰਿਵਾਰ ਦੇ ਮੈਂਬਰਸ ਉਹਨਾਂ ਦੀ ਵੀ ਰਹੀ ਹੈ ਔਰ ਸਾਰੇ ਲੁਧਿਆਣਾ ਨਿਵਾਸੀਆਂ ਦੀ ਰਹੀ ਹੈ। ਇਸ ਪੂਰੇ ਜਿੱਤ ਦੇ ਵਿੱਚ ਐਕਸ ਫੈਕਟਰ ਤੁਹਾਨੂੰ ਨਜ਼ਰ ਕੀ ਆਉਂਦਾ? ਮੈਂ ਕਿਸੇ ਇੱਕ ਨੂੰ ਨਾਮ ਨਹੀਂ ਲਾਉਂਗੀ, ਮੈਂ ਸਭ ਦਾ ਇੱਕੋ ਹੀ ਧੰਨਵਾਦ ਕਰੂੰਗੀ, ਇੱਕ ਸਾਰ ਸਭ ਦੀ ਬਹੁਤ ਬਹੁਤ ਧੰਨਵਾਦੀ ਹੈ। ਮੈਂ ਲੁਧਿਆਣਾ ਦੇ ਸਾਡੇ ਲੀਡਰਸ ਦਾ, ਮੈਂ ਸੰਦੀਪ ਸੰਧੂ ਜੀ ਦਾ, ਖਾਸ ਕਰਕੇ ਡਾਵਰ ਜੀ ਦਾ, ਮਿਸਿਸ ਨੀਲਮ ਡਾਵਰ ਦਾ, ਮੈਂ ਸਭ ਦੀ, ਮਿਸਿਸ ਆਸ਼ੂ ਦੀ, ਮੈਂ ਸਭ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ। ਜਦੋਂ ਤੁਸੀਂ ਇੱਥੇ ਆਏ ਉਦੋਂ ਤੁਹਾਡੇ ਤੇ ਇਲਜ਼ਾਮ ਲੱਗੇ ਕਿ ਬਾਹਰੋਂ ਆ ਗਏ ਨੇ, ਇਹ ਬਾਹਰੀ ਨੇ, ਇਹ ਲੁਧਿਆਣੇ ਚ ਰਹਿਣਗੇ ਨੇ, ਤੇ ਦੇਖ ਲਓ ਲੋਕਾਂ ਨੇ ਫਤਵਾ ਜਾਰੀ ਕਰਤਾ ਸਾਡੇ ਹੱਕ ਦੇ ਵਿੱਚ, ਜਿਉਂਦੇ ਵਾਸਤੇ ਰਹਿਣ ਮੇਰੇ ਵਿਰੋਧੀ, ਜਿਉਂਦੇ ਵਾਸਤੇ ਰਹਿਣ। ਅੱਜ ਚਿਹਰੇ ਤੇ ਇੱਕ ਵੱਖਰੀ ਮੁਸਕਰਾਹਟ ਦੇਖਣ ਨੂੰ ਮਿਲ ਰਹੀ ਹੈ ਔਰ ਮੈਨੂੰ ਲੱਗਦਾ ਇੰਨੀ ਖੁਸ਼ੀ ਪਹਿਲਾਂ ਕਦੋਂ ਦੇਖਣ ਨੂੰ ਮਿਲੀ। ਇਹ ਜਿੱਤ ਦੀ ਖੁਸ਼ੀ ਹੈ, ਇਹ ਸੱਚਾਈ ਦੀ ਖੁਸ਼ੀ ਹੈ। ਇਹ ਜਿਹੜੇ ਲੋਕ ਧਰਮ ਦਾ ਪ੍ਰਚਾਰ ਕਰਕੇ, ਧਰਮ ਦਾ ਇਸਤੇਮਾਲ ਕਰਕੇ ਜਿਹੜੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਨਾ, ਉਹਨਾਂ ਲਈ ਨਸੀਹਤ ਹੈ ਕਿ ਕਦੀ ਵੀ ਝੂਠ ਦਾ ਪਸਾਰਾ, ਕਦੀ ਵੀ ਜਿੱਤ ਨਹੀਂ ਦਵਾਉਂਦਾਗਾ। ਤੁਸੀਂ ਅੱਜ ਦੇਖੋ ਕਿ ਅਯੋਧਿਆ ਚ ਬੀਜੇਪੀ ਹਾਰੀ ਹੈ, ਇਹ ਸਭ ਤੋਂ ਵੱਡੀ ਮਿਸਾਲ ਬਣ ਗਈ ਕਿ ਧਰਮ ਦਾ ਪ੍ਰਚਾਰ ਕਰਕੇ ਵੋਟਾਂ ਲੈਣਾ ਅੱਜ ਤੋਂ ਬਾਅਦ ਬੰਦ ਕਰ ਦੇਣੀਆਂ ਚਾਹੀਦੀਆਂ ਪੋਲੀਟੀਕਲ ਪਾਰਟੀ। ਹਰ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਔਰ ਤੁਸੀਂ ਤਾਂ ਅੱਗੇ ਵੱਧ ਕੇ ਜ਼ਿਆਦਾ ਜ਼ਬਰਦਸਤ ਕੈਂਪੇਨਿੰਗ ਤੁਹਾਡੀ ਰਹੀ ਹੈ। ਨਹੀਂ ਨਹੀਂ, ਸਾਰੇ ਪਰਿਵਾਰ ਦੀ ਰਹੀ ਹੈ, ਮੇਰੀ ਬੇਟੀ ਦੀ ਵੀ ਰਹੀ ਹੈ, ਸਾਡੇ ਸਾਰੇ ਪਰਿਵਾਰ ਦੀ ਰਹੀ ਹੈ, ਮੇਰੇ ਭਰਾਵਾਂ ਦੀ ਰਹੀ ਹੈ, ਜਿੰਨੇ ਪਰਿਵਾਰ ਦੇ ਮੈਂਬਰਸ ਉਹਨਾਂ ਦੀ ਵੀ ਰਹੀ ਹੈ ਔਰ ਸਾਰੇ ਲੁਧਿਆਣਾ ਨਿਵਾਸੀਆਂ ਦੀ ਰਹੀ ਹੈ। ਇਸ ਪੂਰੇ ਜਿੱਤ ਦੇ ਵਿੱਚ ਐਕਸ ਫੈਕਟਰ ਤੁਹਾਨੂੰ ਨਜ਼ਰ ਕੀ ਆਉਂਦਾ? ਮੈਂ ਕਿਸੇ ਇੱਕ ਨੂੰ ਨਾਮ ਨਹੀਂ ਲਾਉਂਗੀ, ਮੈਂ ਸਭ ਦਾ ਇੱਕੋ ਹੀ ਧੰਨਵਾਦ ਕਰੂੰਗੀ, ਇੱਕ ਸਾਰ ਸਭ ਦੀ ਬਹੁਤ ਬਹੁਤ ਧੰਨਵਾਦੀ ਹੈ। ਮੈਂ ਲੁਧਿਆਣਾ ਦੇ ਸਾਡੇ ਲੀਡਰਸ ਦਾ, ਮੈਂ ਸੰਦੀਪ ਸੰਧੂ ਜੀ ਦਾ, ਖਾਸ ਕਰਕੇ ਡਾਵਰ ਜੀ ਦਾ, ਮਿਸਿਸ ਨੀਲਮ ਡਾਵਰ ਦਾ, ਮੈਂ ਸਭ ਦੀ, ਮਿਸਿਸ ਆਸ਼ੂ ਦੀ, ਮੈਂ ਸਭ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ। ਜਦੋਂ ਤੁਸੀਂ ਇੱਥੇ ਆਏ ਉਦੋਂ ਤੁਹਾਡੇ ਤੇ ਇਲਜ਼ਾਮ ਲੱਗੇ ਕਿ ਬਾਹਰੋਂ ਆ ਗਏ ਨੇ, ਇਹ ਬਾਹਰੀ ਨੇ, ਇਹ ਲੁਧਿਆਣੇ ਚ ਰਹਿਣਗੇ ਨੇ, ਤੇ ਦੇਖ ਲਓ ਲੋਕਾਂ ਨੇ ਫਤਵਾ ਜਾਰੀ ਕਰਤਾ ਸਾਡੇ ਹੱਕ ਦੇ ਵਿੱਚ, ਜਿਉਂਦੇ ਵਾਸਤੇ ਰਹਿਣ ਮੇਰੇ ਵਿਰੋਧੀ, ਜਿਉਂਦੇ ਵਾਸਤੇ ਰਹਿਣ। ਅੱਜ ਚਿਹਰੇ ਤੇ ਇੱਕ ਵੱਖਰੀ ਮੁਸਕਰਾਹਟ ਦੇਖਣ ਨੂੰ ਮਿਲ ਰਹੀ ਹੈ ਔਰ ਮੈਨੂੰ ਲੱਗਦਾ ਇੰਨੀ ਖੁਸ਼ੀ ਪਹਿਲਾਂ ਕਦੋਂ ਦੇਖਣ ਨੂੰ ਮਿਲੀ। ਇਹ ਜਿੱਤ ਦੀ ਖੁਸ਼ੀ ਹੈ, ਇਹ ਸੱਚਾਈ ਦੀ ਖੁਸ਼ੀ ਹੈ। ਇਹ ਜਿਹੜੇ ਲੋਕ ਧਰਮ ਦਾ ਪ੍ਰਚਾਰ ਕਰਕੇ, ਧਰਮ ਦਾ ਇਸਤੇਮਾਲ ਕਰਕੇ ਜਿਹੜੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਨਾ, ਉਹਨਾਂ ਲਈ ਨਸੀਹਤ ਹੈ ਕਿ ਕਦੀ ਵੀ ਝੂਠ ਦਾ ਪਸਾਰਾ, ਕਦੀ ਵੀ ਜਿੱਤ ਨਹੀਂ ਦਵਾਉਂਦਾਗਾ। ਤੁਸੀਂ ਅੱਜ ਦੇਖੋ ਕਿ ਅਯੋਧਿਆ ਚ ਬੀਜੇਪੀ ਹਾਰੀ ਹੈ, ਇਹ ਸਭ ਤੋਂ ਵੱਡੀ ਮਿਸਾਲ ਬਣ ਗਈ ਕਿ ਧਰਮ ਦਾ ਪ੍ਰਚਾਰ ਕਰਕੇ ਵੋਟਾਂ ਲੈਣਾ ਅੱਜ ਤੋਂ ਬਾਅਦ ਬੰਦ ਕਰ ਦੇਣੀਆਂ ਚਾਹੀਦੀਆਂ ਪੋਲੀਟੀਕਲ ਪਾਰਟੀ। ਹਰ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਔਰ ਤੁਸੀਂ ਤਾਂ ਅੱਗੇ ਵੱਧ ਕੇ ਜ਼ਿਆਦਾ ਜ਼ਬਰਦਸਤ ਕੈਂਪੇਨਿੰਗ ਤੁਹਾਡੀ ਰਹੀ ਹੈ। ਨਹੀਂ ਨਹੀਂ, ਸਾਰੇ ਪਰਿਵਾਰ ਦੀ ਰਹੀ ਹੈ, ਮੇਰੀ ਬੇਟੀ ਦੀ ਵੀ ਰਹੀ ਹੈ, ਸਾਡੇ ਸਾਰੇ ਪਰਿਵਾਰ ਦੀ ਰਹੀ ਹੈ, ਮੇਰੇ ਭਰਾਵਾਂ ਦੀ ਰਹੀ ਹੈ, ਜਿੰਨੇ ਪਰਿਵਾਰ ਦੇ ਮੈਂਬਰਸ ਉਹਨਾਂ ਦੀ ਵੀ ਰਹੀ ਹੈ ਔਰ ਸਾਰੇ ਲੁਧਿਆਣਾ ਨਿਵਾਸੀਆਂ ਦੀ ਰਹੀ ਹੈ। ਇਸ ਪੂਰੇ ਜਿੱਤ ਦੇ ਵਿੱਚ ਐਕਸ ਫੈਕਟਰ ਤੁਹਾਨੂੰ ਨਜ਼ਰ ਕੀ ਆਉਂਦਾ? ਮੈਂ ਕਿਸੇ ਇੱਕ ਨੂੰ ਨਾਮ ਨਹੀਂ ਲਾਉਂਗੀ, ਮੈਂ ਸਭ ਦਾ ਇੱਕੋ ਹੀ ਧੰਨਵਾਦ ਕਰੂੰਗੀ, ਇੱਕ ਸਾਰ ਸਭ ਦੀ ਬਹੁਤ ਬਹੁਤ ਧੰਨਵਾਦੀ ਹੈ। ਮੈਂ ਲੁਧਿਆਣਾ ਦੇ ਸਾਡੇ ਲੀਡਰਸ ਦਾ, ਮੈਂ ਸੰਦੀਪ ਸੰਧੂ ਜੀ ਦਾ, ਖਾਸ ਕਰਕੇ ਡਾਵਰ ਜੀ ਦਾ, ਮਿਸਿਸ ਨੀਲਮ ਡਾਵਰ ਦਾ, ਮੈਂ ਸਭ ਦੀ,
ਮਿਸਿਸ ਆਸ਼ੂ ਦੀ, ਮੈਂ ਸਭ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ। ਜਦੋਂ ਤੁਸੀਂ ਇੱਥੇ ਆਏ ਉਦੋਂ ਤੁਹਾਡੇ ਤੇ ਇਲਜ਼ਾਮ ਲੱਗੇ ਕਿ ਬਾਹਰੋਂ ਆ ਗਏ ਨੇ, ਇਹ ਬਾਹਰੀ ਨੇ, ਇਹ ਲੁਧਿਆਣੇ ਚ ਰਹਿਣਗੇ ਨੀ, ਤੇ ਦੇਖ ਲਓ ਲੋਕਾਂ ਨੇ ਫਤਵਾ ਜਾਰੀ ਕਰਤਾ ਸਾਡੇ ਹੱਕ ਦੇ ਵਿੱਚ। ਜਿਉਂਦੇ ਵਾਸਤੇ ਰਹਿਣ ਮੇਰੇ ਵਿਰੋਧੀ, ਜਿਉਂਦੇ ਵਾਸਤੇ ਰਹਿਣ।